ਅਬ ਜਿਹਨਾਂ ਤਕਰੀਬਨ 2 ਮਹੀਨੇ ਹੋ ਗਏ ਸਾਰੇ ਕਟਿਆਂ ਹਾਂ ਤੇ ਅਸਾਂ ਸਟਾਰਟ ਕੀਤਾ ਖੁਸ਼ਾਬ ਕਰ ਫਾਰਮ ਹਾਊਸ ਇਹਦੇ ਸਾਡੇ ਕੋਲ 40 ਨਗ ਖੱਲਾ ਹੈ ਤੇ ਜਿਹਦੇ ਚ ਸਾਡੇ ਕੋਲ ਮਤਲਬ ਤਿਆਰ ਜਿਹੜਾ ਪੂਤ ਖੱਲਾ ਉਹ ਹੈ ਸਾਡਾ ਇਹ ਪੂਤ ਮਾਸ਼ਾਅੱਲਾ ਹੁਣ ਤਿਆਰ ਹੈ ਲੇਕਿਨ ਅਸੀਂ ਜ਼ਰੂਰੀ ਗੱਲ ਹੈ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਇਹ ਜਿਹੜਾ ਪੂਤ ਤੁਹਾਡਾ ਤਿਆਰ ਹੈ ਕਿਆ ਇਹ 3 ਮੰਥ ਤੱਕ ਹੈ ਫੀ ਨਗ ਇਹ 2 ਮੰਥ 15 ਦਿਨ ਦੇ ਨਹੀਂ ਵਜ਼ਨ ਜਿਹੜਾ ਇਹਨਾਂ ਦਾ ਵਜ਼ਨ ਤਕਰੀਬਨ 3 ਮੰਨ ਹੋ ਸੀ ਇਸ ਦਾ 3 ਮੰਨ ਸਾਰੇ 3 ਮੰਨ ਮਤਲਬ ਇਹ 2 ਮੰਨ ਤੋਂ ਲੈ ਕੇ 3 ਮੰਨ ਦੇ ਦਰਮਿਆਨ ਇਹਨਾਂ ਸਾਰੇ ਠੀਕ ਇਹ 40 ਨਗ ਜੋ ਜਿਹੜੇ ਤੁਹਾਡੇ ਤਿਆਰ ਹੋਏ ਨੇ ਕਿਤਨੇ ਸਾਡੇ 15 ਤੋਂ 20 ਨਗ ਤਿਆਰ ਨੇ ਜਿਹੜੇ ਇਸ ਟਾਈਮ ਵਿਕਣ ਵਾਲੇ ਮਤਲਬ ਤੁਸੀਂ ਵੇਚ ਸਕਦੇ ਹੋ ਜਿਹਨਾਂ ਜਿਹਨਾਂ ਅਸੀਂ ਇਸ ਸ਼ਕਲ 'ਤੇ ਲੈ ਕੇ ਆਏ ਹਾਂ ਕਿ ਇਹ ਸ਼ਕਲ ਬਣ ਗਈ ਲੇਕਿਨ ਦਰਅਸਲ ਇਹ ਜਿਹੜੇ ਤੁਸੀਂ ਖਰੀਦਾਈ ਤੁਸੀਂ ਅੱਗੇ ਪਿਛਲੀ ਵੀਡੀਓ 'ਚ ਪਤਾ ਨਹੀਂ ਦੱਸਿਆ ਕਿ ਮੈਨੂੰ ਤਾਂ ਤੁਸੀਂ ਮੈਨੂੰ ਜਿਹੜੀ ਗੱਲ ਦੱਸਾਈ ਹੈ ਕਿ ਇਹ ਤੁਸੀਂ 25,000 ਰੁਪਏ ਤੱਕ ਖਰੀਦਾਈ ਉਸ ਟਾਈਮ ਇਹਦਾ ਵਜ਼ਨ 60-70 ਕਿਲੋ ਆਈ ਬਿਲਕੁਲ ਹੁਣ ਇਸ ਟਾਈਮ ਤੁਸੀਂ ਇਹਦਾ 120 ਕਿਲੋ ਵਜ਼ਨ ਦੱਸਿਆ ਨੇ ਪਿਓ ਤਕਰੀਬਨ ਇਹ ਇਸ ਦਾ ਜਿਹੜਾ ਹੁਣ ਤੁਸੀਂ ਰੇਟ ਲਵਾਇਆ ਮਿਸਾਲ ਦੇ ਤੌਰ 'ਤੇ ਕਿ ਤੁਸੀਂ ਇਹਨੂੰ 25,000 ਰੁਪਏ ਦਾ ਖਰੀਦ ਕੀਤਾ ਦੁਬਾਰਾ ਤੁਸੀਂ ਇਹਦਾ ਰੇਟ ਲਵਾਇਆ ਤੁਹਾਨੂੰ ਇਸ ਟਾਈਮ ਰੇਟ ਇਹਦਾ 35,000 ਰੁਪਏ ਖਾਸ ਕੇ ਤੁਹਾਨੂੰ ਘਰ 35,000 ਤੋਂ 40,000 ਰੁਪਏ ਮਿਲ ਗਿਆ ਸੀ ਮੰਡੀ 'ਤੇ ਲਿਆ 43 ਮਿਲ ਗਿਆ ਸੀ ਮਿਹਨਤ ਕਰਨ ਦੇ ਲਈ ਮਤਲਬ ਤੁਸੀਂ ਅਗਰ ਮੰਡੀ 'ਤੇ ਲੈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 36,000 ਰੁਪਏ ਮਿਲ ਸਕਦੇ ਅਤੇ ਮੇਰੇ ਖਿਆਲ 'ਚ ਤਾਂ ਗਾੜੀ ਵੀ ਕੋਈ ਤਾਂ ਅੱਛਾ ਹੈ ਮੰਡੀ ਦੇ ਖਰਚੇ ਕਿਰਾਏ ਤੁਹਾਨੂੰ ਲੈਣ ਜ਼ਰੂਰਤ ਕੋਈ ਨਹੀਂ ਕਿਲੋ 'ਤੇ ਵੇਚ ਦਿਓ ਲੇਕਿਨ ਇਸ ਪੀਰੀਅਡ ਦੇ ਦੌਰਾਨ ਸਾਨੂੰ ਇਹ ਤਜਰਬਾ ਹੋਇਆ ਕਿ ਕੈਟਲ ਦੇ ਜਿਹੜਾ ਫਰਿਕ ਹੈ ਸਰਦੀਆਂ ਦੇ 3 ਮੰਥ ਕੈਟਲ ਦੇ ਬਾਕੀ ਅੱਗੇ ਪਿੱਛੇ ਵਿੱਚ ਮਤਲਬ ਤੁਸੀਂ ਕੈਟਲ ਕੱਟਣ ਜਾਣਾ ਤੁਸੀਂ ਕੀ ਕਰਨਾ ਇੱਕ 60-70 ਕਿਲੋ ਦਾ ਕੱਟਾ ਲੈਣਾ ਜਿਹੜਾ ਕਮਜ਼ੋਰ ਹੋਵੇ ਲੇਕਿਨ ਹਾਰਡ ਕਾਰਡ ਮਤਲਬ ਉਹਦੀ ਹੱਡੀ ਪੂਰੀ ਹੋਵੇ ਉਹਦਾ ਫਰੇਮ ਪੂਰਾ ਹੋਵੇ ਕਦਬੁੱਤ ਹੋਵੇ ਕਦਬੁੱਤ ਹੋਵੇ ਉਮਰ ਦੇ ਲਿਹਾਜ਼ ਨਾਲ ਤੁਹਾਡੇ 2-2.5 ਸਾਲ ਦਾ ਹੋਵੇ ਅਤੇ ਫਿਰ ਤੁਸੀਂ ਉਹਨੂੰ ਜਿਹੜਾ ਖੁਰਾਕ ਪਾਓ ਬਸ ਐਸੇ ਹੁੰਦੇ ਨੇ ਵਿੱਚ ਜਿਹੜੇ ਦੁੱਧ ਛੁੱਟੇ ਹੋਏ ਹੁੰਦੇ ਨੇ ਜਿਹਨਾਂ ਨੂੰ ਜਲਦੀ ਦੁੱਧ ਹਟਾ ਲੈਂਦੇ ਨੇ ਉਹ ਕਦਬੁੱਤ ਨਹੀਂ ਕਰਦੇ ਉਹ ਨਹੀਂ ਲੈਣੇ ਜਿਹੜਾ ਦੁੱਧ ਪੀਣਾ ਬੱਚਾ ਹੈ ਉਹ ਬਿਲਕੁਲ ਨਹੀਂ ਲੈਣਾ ਨਹੀਂ ਦੁੱਧ ਪੀਣਾ ਤਾਂ ਮੁਰਾਦ ਇਹ ਕਿ ਜਿਸ ਦਾ ਮਤਲਬ ਹੈ ਜੋ ਕਦ ਨਹੀਂ ਹੋਇਆ ਔਰ ਉਹ ਛੋਟਾ ਰਹਿ ਗਿਆ ਉਹਦੀ ਮਿਸਾਲ ਵਿੱਚ ਇੱਕ ਦੋ ਹੈ ਇਸ ਇੱਥੇ ਹੀ ਜਿਹੜਾ ਰਾਣਾ ਇਸ ਇੱਥੇ ਹੀ ਰਾਣਾ 6 ਮਹੀਨੇ ਬਾਅਦ ਇੱਥੇ ਰਾਣਾ ਠੀਕ ਹੈ ਇਹਦੇ ਉਮਰ ਘੱਟ ਹੈ ਜਿੰਨੀ ਤੁਸੀਂ ਉਮਰ ਜ਼ਿਆਦੀ ਦਲੈਸੋ ਤੁਹਾਡਾ ਜਲਦੀ ਨਿਕਲ ਗਿਆ ਮਤਲਬ ਉਮਰ ਦਾ ਮਸਲਾ ਹੈ ਕਿ ਜਿਸਮ ਦਾ ਮਸਲਾ ਹੈ ਕਦ ਕਾਟ ਦਾ ਮਸਲਾ ਹੈ ਕਦ ਕਾਟ ਦਾ ਮਸਲਾ ਕਦ ਕਾਟ ਤੇ ਉਮਰ ਦਾ ਮਸਲਾ ਮਤਲਬ ਇਹ ਉਸ ਦਾ ਢਾਂਚਾ ਵੇਖ ਕੇ ਖਰੀਦੀ ਅਸੀਂ ਤੇ ਤੁਸੀਂ ਅਗਰ 60-70 ਕਿਲੋ ਦਰਮਿਆਨ ਅਗਰ ਕੱਟਾ ਲੈਂਦੇ ਹੋ ਉਹ ਤੁਹਾਡਾ ਵਜ਼ਨ 3 ਮੰਥ ਵਿੱਚ ਇਸ ਡੇਲੀ ਕੈਪਿਟਲ ਖਾਣ ਦੇ ਨਾਲ ਮੇਰੇ ਖਿਆਲ ਹੀ ਤੁਹਾਡਾ 120 ਕਿਲੋ ਵਜ਼ਨ ਕਰਦਾ ਸੀ 3 ਮੰਥ ਵਿੱਚ ਠੀਕ ਹੈ ਲੇਕਿਨ ਉਹਦੇ ਨਾਲ ਜ਼ਰੂਰੀ ਹੈ ਕਿ ਡਿਵੈਲਪਮੈਂਟ ਕੱਟਿਆ ਨਾ ਪੇਟ ਸ਼ੇਟ ਵੱਧ ਜਾਂਦਾ ਮਤਲਬ ਕਹਿੰਦੇ ਜ਼ਰੂਰ ਕਿਆ ਕਹਿੰਦੇ ਕੀੜੇ ਸ਼ੀੜੇ ਪੇਟ 'ਚ ਆ ਜਾਂਦੇ ਠੀਕ ਹੈ ਉਸ ਵਾਸਤੇ ਸਰਕਾਰੀ ਹਸਪੀਟਲ ਨੇ ਡੰਗਰਾਂ ਵਾਲੇ ਹਸਪਤਾਲ ਨਹੀਂ ਹੈ ਉੱਥੇ ਤੁਸੀਂ ਜਾ ਕੇ ਤੁਸੀਂ ਕੀ ਕਹਿੰਦੇ ਡਿਵਰਮਿੰਗ ਵਗੈਰਾ ਦੀ ਦਵਾਈਆਂ ਲੈ ਕੇ ਆਪ ਦੇ ਦਿਓ ਪਰ ਬਿਹਤਰ ਹੈ ਕਿ ਡਾਕਟਰ ਤੁਹਾਡਾ ਵਿਜ਼ਿਟ ਕਰੇ ਹਰ ਹਫ਼ਤੇ ਦੇ ਹਫ਼ਤੇ ਤੁਹਾਡੀ ਫਾਰਮ ਦੇ ਪੋਜੀਸ਼ਨ ਦੇਖੇ ਇਸੇ ਦੌਰਾਨ ਤੁਹਾਡਾ ਇਸ ਕੋਰਸ ਦੇ ਦੌਰਾਨ ਜਿਹੜਾ ਤੁਸੀਂ ਕਰਾਇਆ ਇਹਨਾਂ ਦਾ 3 ਮਹੀਨੇ ਦਾ ਇਸ ਦੌਰਾਨ ਕਿਸੇ ਗੁੱਛੇ ਜਾਂ ਕੱਟੇ ਦੀ ਨੁਕਸਾਨ ਹੋਇਆ ਕੋਈ ਵਿੱਚ ਮਰ ਗਿਆ ਕੋਈ ਡੈਥ ਹੋਈ ਕਿਸੇ ਦੀ ਹਾਂ ਜ਼ਾਹਰੀ ਗੱਲ ਹੈ ਜਿਸ ਲਈ ਮੌਸਮ ਇੰਜਾ ਠੰਡੀ ਹਵਾ ਚੱਲਣੀ ਅਤੇ ਧੁੱਪ ਨਹੀਂ ਨਿਕਲਣੀ 3 ਦਿਹਾੜੇ ਤਾਂ ਉਹ ਜਿਹੜਾ ਮੋਇਆ ਕਿਸ ਵਜ੍ਹਾ ਤੋਂ ਮੋਇਆ ਉਹ ਸ਼ਦੀਦ ਪੇਚਸਾਂ ਦੀ ਵਜ੍ਹਾ ਤੋਂ ਅਤੇ ਯਾਦ ਰੱਖੋ ਕਿ ਬੁਖਾਰ ਵੀ ਹੈ ਉਹਨੂੰ ਬੁਖਾਰ ਸੀ ਅੱਛਾ ਬੁਖਾਰ ਚੜ੍ਹ ਜਾਂਦਾ ਨਾ ਠੰਡ ਲੱਗ ਗਈ ਜੀ ਅੱਛਾ